31 ਸਾਲਾ ਦੀ ਪੰਜਾਬੀ ਕੁੜੀ ਜੋ ਕਿ ਇੰਗਲੈਂਡ ਦੇ ਵਿੱਚ ਪੜਨ ਲਈ ਆਈ ਸੀ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੀ ਸੀ ਪਰ ਕੈਂਸਰ ਨਾਲ ਜੂਜਦੇ ਹੋਏ ਉਸ ਦੀ ਮੌਤ ਹੋ ਗਈ। ਸੋ ਕੀ ਹੈ ਪੂਰਾ ਮਾਮਲਾ ਵੇਖੋ ਆਕਲੈਂਡ ਤੋਂ ਸਾਡੇ ਸਹਿਯੋਗੀ ਗਗਨਦੀਪ ਦੀ ਰਿਪੋਰਟ। ਕਹਿੰਦੇ ਨੇ ਮੌਤ ਸੱਚ ਹੈ ਤੇ ਜ਼ਿੰਦਗੀ ਝੂਠ ਹੈ। ਜਦੋਂ ਕੋਈ ਆਪਣੀ ਉਮਰ ਪੋਕ ਕੇ ਮਰਦਾ ਹੈ ਤਾਂ ਇੰਨਾ ਜ਼ਿਆਦਾ ਦੁੱਖ ਨਹੀਂ ਹੁੰਦਾ ਕਿਉਂਕਿ ਉਹ ਇਨਸਾਨ ਨੇ ਆਪਣੀ ਜ਼ਿੰਦਗੀ ਜਿਹੜੀ ਹੰਡਾਈ ਹੁੰਦੀ ਹੈ ਪਰ ਜਦੋਂ ਕੋਈ ਜਵਾਨ ਇਨਸਾਨ ਇਸ ਜਹਾਨ ਤੋਂ ਜਾਂਦਾ ਹੈ ਉਸ ਚੀਜ਼ ਦਾ ਦੁੱਖ ਜਿਹੜਾ ਹੈ ਉਹ ਲਫ਼ਜ਼ਾਂ ਦੇ ਵਿੱਚ ਬਿਆਨ ਕਰਨਾ ਬੜਾ ਹੀ ਮੁਸ਼ਕਲ ਹੁੰਦਾ ਹੈ ਔਰ ਇਸੇ ਤਰ੍ਹਾਂ ਦੀ ਘਟਨਾ ਬੀਤੇ ਦਿਨੀ ਆਕਲੈਂਡ ਦੇ ਸ਼ਹਿਰ ਵਿੱਚ ਵਾਪਰੀ ਹੈ ਜਦੋਂ ਕਿ ਇੱਕ 31 ਸਾਲਾ ਕੁੜੀ ਜਿਸ ਦਾ ਨਾਮ ਅਨਵਿੰਦਰ ਸੀ ਜਿਹੜੀ ਕਿ ਇੱਥੇ ਸਟੱਡੀ ਬੇਸ ਤੇ ਆਈ ਸੀ ਮੈਡੀਕਲ ਲਾਈਨ ਦੀ ਸਟੱਡੀ ਕਰ ਰਹੀ ਸੀ ਨਾਲ ਦੀ ਨਾਲ ਮੈਡੀਕਲ ਲਾਈਨ ਜੋਬ ਵੀ ਕਰ ਰਹੀ ਸੀ ਉਸ ਦਾ ਪਿੱਛੇ ਜੇ ਬਲੱਡ ਕੈਂਸਰ ਹੋਣ ਦੇ ਕਰਕੇ ਦਿਹਾਂਤ ਹੋ ਗਿਆ ਔਰ ਇਸ ਵਕਤ ਜਿਹੜੀ ਸਭ ਤੋਂ ਜ਼ਿਆਦਾ ਦੁੱਖ ਭਰੀ ਗੱਲ ਇਹ ਹੈ ਕਿ ਉਹ ਜਾਣਦੀ ਵਰੀ ਆਪਣੇ ਮਾਪਿਓ ਨੂੰ ਮਿਲ ਵੀ ਨਹੀਂ ਪਾਈ ਸੋ ਵਕਤ ਉਸ ਦੇ ਹਸਬੰਦ ਦੇ ਜਿਹੜੀ ਹਾਲਾਤ ਜਿਹੜੇ ਹੰਝੂ ਸਨ ਉਹ ਰੁਕਣਾ ਰੁਕਦੇ ਨਹੀਂ ਸਨ ਉਹਨਾਂ ਦਾ ਜਿਹੜੀ ਹਾਲਾਤ ਸੀ ਉਹ ਬਹੁਤ ਹੀ ਮੁਸ਼ਕਲ ਸੀ ਔਰ ਸਭ ਤੋਂ ਬੁਰੀ ਗੱਲ ਜਿਹੜੀ ਹੋਈ ਹੈ ਇਸ ਦੌਰਾਨ ਕਿ ਉਹ ਕੁੜੀ ਆਪਣੇ ਮਾਪਿਓ ਦੀ ਸ਼ਕਲ ਵੀ ਜਾਣਦੀ ਵਰੀ ਨਹੀਂ ਦੇਖ ਪਾਈ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਨੂਰ ਨਿਊਜ਼ਲੈਂਡ ਦੇ ਵਿੱਚ ਵੀ ਕੋਵਿਡ-19 ਐਸਪੈਸ਼ਲੀ ਚੋਕਲੈਂਡ ਦੀ ਗੱਲ ਕਰੀ ਤਾਂ ਲਾਕਡਾਊਨ ਚੱਲ ਰਿਹਾ ਸੋ ਇਸ ਦੇ ਕਰਕੇ ਨਾ ਤਾਂ ਉਹਦੇ ਪੇਰੈਂਟਸ ਇੱਥੇ ਆ ਪਾਏ ਤੇ ਨਾ ਹੀ ਉਹ ਆਖਰੀ ਵਾਰੀ ਅਲਵਿਦਾ ਕਹਿਣ ਲਈ ਆਪਣੇ ਮਾਪਿਓ ਨੂੰ ਇੰਡੀਆ ਜਾ ਕੇ ਦੇਖ ਪਾਈ ਤਾਂ ਬਹੁਤ ਹੀ ਦੁੱਖ ਭਰੀ ਇੱਕ ਜਿਹੜੀ ਇਹ ਕਹਾਣੀ ਹੈ ਉਸ ਕੁੜੀ ਦੇ ਨਾਲ ਵਾਪਰੀ ਹੈ ਔਰ ਅਸੀਂ ਵੀ ਉਸ ਦੁੱਖ ਦੇ ਵਿੱਚ ਸ਼ਰੀਕ ਹਾਂ ਇਸ ਦੇ ਨਾਲ ਹੀ ਮੈਂ ਗਗਨ ਪੀਡੀਸੀ ਨਿਊਜ਼ ਆਕਲੈਂਡ ਤੋਂ